ਤੇ ਹੁਣ ਜੇ ਜੱਟ ਜੂਲੀਅਟ 3 ਦੀ ਗੱਲ ਕਰੀਏ, ਤੁਸੀਂ ਦਿਲਜੀਤ ਹੋਣਾ ਨਾਲ ਕੰਮ ਕੀਤਾ ਹੈ, ਫਸਟ ਐਂਡ ਫੋਰਮੋਸਟ ਤੁਸੀਂ ਜਦੋਂ ਦਿਲਜੀਤ ਦੀ ਹੁਣ ਰੀਚ, ਆਪਾਂ ਹੁਣ ਐਵਰੀ ਡੇ ਹੀ ਇਜ਼ ਐਵਰੀਵੇਅਰ, ਐਲਗੋਰਿਦਮ ਨੇ ਦਿਲਜੀਤ ਦੋਸਾਂਝ ਸਾਨੂੰ ਮਤਲਬ ਐਵਰੀ ਡੇ ਇੱਕ ਪੋਸਟ ਆਉਂਦੀ ਹੈ, ਰਾਈਟ ਫਰੋਮ ਇਸ ਜਿਮੀ ਫੈਲਨ ਟੂ ਹਿਜ਼ ਹੁਣ ਪ੍ਰਭਾਸ ਦੇ ਨਾਲ ਗਾਣੇ, ਇਹ ਸਾਰਾ ਕੁਝ ਤੁਸੀਂ ਤਾਂ ਮਿਲੇ ਹੋਏ ਹੋ, ਤੁਸੀਂ ਗੱਲਬਾਤ ਕਰਦੇ ਹੋ, ਤੁਹਾਡਾ ਉੱਠਣਾ ਬੈਠਣਾ ਰਿਹਾ, ਹਾਊ ਡੂ ਯੂ ਸੀ ਹਿਮ ਐਜ਼ ਅ ਪਰਸਨ? ਪਹਿਲੀ ਗੱਲ ਤਾਂ ਉਹ ਪਰਸਨ, ਕਿਉਂਕਿ ਪਹਿਲਾਂ ਤਾਂ ਅਸੀਂ ਤਾਂ ਬਚਪਨ ਤੋਂ ਦੇਖਦੇ ਆਏ ਹਾਂ ਨਾ, ਤਾਂ ਭਲੇ ਹੀ ਉਹ ਸਾਡੇ ਆਲਮੋਸਟ ਮੇਰੇ ਤੋਂ 1-2 ਸਾਲ ਹੀ ਸ਼ਾਇਦ ਵੱਡੇ ਹੋਣੇ ਆ, ਜਾਂ 3-4 ਸਾਲ, ਆਈ ਡੋਂਟ ਨੋ, ਬਟ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਬਟ ਇਹ ਹੈ ਕਿ ਬਾਈ ਨੇ ਕੰਮ ਬਹੁਤ ਛੋਟੀ ਏਜ ਸ਼ੁਰੂ ਕਰਤਾ ਸੀ, ਸੋ ਅਸੀਂ ਉਹਨਾਂ ਨੂੰ ਤਾਂ ਆਪਦੇ, ਮਤਲਬ ਮੈਨੂੰ ਯਾਦ ਹੈ ਮੈਂ 10th 'ਚ ਸੀਗਾ ਸ਼ਾਇਦ ਜਦੋਂ ਬਾਈ ਦੀ ਐਲਬਮ ਆਈ ਸੀ ਪਹਿਲੀ, ਸੋ ਉਦੋਂ ਤੋਂ ਤੁਸੀਂ ਉਹਨੂੰ ਐਜ ਏ ਸਟਾਰ ਹੀ ਦੇਖਦੇ ਆਏ ਹੋ, ਤਾਂ ਆਈਡਲ, ਉਹਨਾਂ ਤੋਂ ਇੰਸਪਾਇਰ ਹੀ, ਮੈਂ ਤਾਂ ਬਹੁਤ ਇੰਸਪਾਇਰ ਹੁੰਦਾ ਉਹਨਾਂ ਤੋਂ। ਅਤੇ ਹੁਣ ਡੈਫੀਨੇਟਲੀ ਮੈਂ ਜਿਵੇਂ ਛੜਾ ਕੀਤੀ ਸੀਗੀ, ਹਾਂ ਛੜਾ ਅਤੇ ਛੜੇ ਤੋਂ ਬਾਅਦ ਹੁਣ ਜਿਵੇਂ ਮੈਂ ਜੱਟ ਐਂਡ ਜੂਲੀਅਟ ਕੀਤੀ ਹੈ, ਤਾਂ ਜੋ ਸਾਰੀ ਦੁਨੀਆ 'ਚ ਇੱਕ ਰੌਲਾ ਪਿਆ ਹੈ ਕਿ ਦਿਲਜੀਤ ਦੋਸਾਂਝ ਦਾ ਚੇਂਜ ਓਵਰ, ਉਹ ਚੇਂਜ ਓਵਰ ਮੈਂ ਐਜ ਏ ਬੈਟਰ ਹਿਊਮਨ ਬੀਇੰਗ ਦੇਖਿਆ ਬਾਈ ਨੂੰ, ਮਤਲਬ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਐਜ ਏ ਇਨਸਾਨ ਮੈਂ ਉਹਨਾਂ ਨੂੰ ਦੇਖਿਆ। ਬਹੁਤ ਸ਼ਾਇਦ ਉਹਨਾਂ ਨੇ ਲਾਈਫ 'ਚ ਅਚੀਵ ਹੀ ਇੰਨਾ ਕਰ ਲਿਆ ਕਿ ਉਹ ਥੋੜ੍ਹੇ ਜਿਹੇ ਬਹੁਤ ਰਿਲੈਕਸ ਹੋ ਗਏ, ਔਰ ਰੱਬ 'ਚ ਉਹਨਾਂ ਦਾ ਪਹਿਲਾਂ ਵੀ ਬਹੁਤ ਵਿਸ਼ਵਾਸ ਸੀ, ਹੁਣ ਵੀ ਬਹੁਤ ਵਿਸ਼ਵਾਸ ਹੈ। ਸੋ 24 ਘੰਟੇ ਉਹ ਤਾਂ ਉਹਨਾਂ ਦਾ ਚੱਲਦਾ ਹੀ ਰਹਿੰਦਾ ਕਿ ਉਹਨਾਂ, ਮਤਲਬ ਰੱਬ ਦਾ ਨਾਮ ਲੈਣਾ ਜਾਂ ਉਹਨਾਂ ਨਾਲ ਉਹਦੀ ਕਨੈਕਟਿਵਿਟੀ ਜੋ ਵੀ ਹੈ। ਬਟ ਜਿਵੇਂ ਪਹਿਲਾਂ ਮੈਂ ਬਾਈ ਨੂੰ ਕਦੇ ਇਮੋਸ਼ਨਲ ਨਹੀਂ ਦੇਖਿਆ ਸੀ, ਇਜ਼ ਵੈਰੀ ਪ੍ਰੈਕਟੀਕਲ, ਉਹਨਾਂ ਦੇ ਡਿਸੀਜਨਸ ਵੀ ਬਹੁਤ ਪ੍ਰੈਕਟੀਕਲ ਸੀਗੇ। ਹੁਣ ਦਿਲਜੀਤ ਬਾਈ ਨੂੰ ਮੈਂ ਇਮੋਸ਼ਨਲ ਵੀ ਦੇਖਿਆ, ਹੁਣ ਮੈਂ ਉਹਨਾਂ ਨੂੰ ਇਮੋਸ਼ਨਲੀ ਹੋ ਕੇ ਵੀ ਕੁਝ ਚੀਜ਼ਾਂ ਕਰਦੇ ਦੇਖਿਆ, ਕੁਝ ਉਹਨਾਂ ਦੇ ਡਿਸੀਜਨ ਪ੍ਰਭਾਵਿਤ ਹੁੰਦੇ ਆ। ਪਰ ਹੰਬਲਨੈਸ, ਇਹੋ ਜਿਹਾ ਐਕਟਰ ਜਦੋਂ ਸੈੱਟ ਤੇ ਆਉਂਦਾ ਨਾ, ਇੱਕ ਆਪਣਾ ਔਰਾ ਲੈ ਕੇ ਆਉਂਦਾ। ਤੁਸੀਂ ਡਾਇਰੈਕਟਰ ਹੋ, ਤੁਸੀਂ ਬਹੁਤ ਕੁਝ ਦੱਸਣਾ ਹੈ ਕਿ ਉਹ ਲੈਟਸ ਸੇ ਤੁਹਾਡੇ ਅੱਗੇ ਜਿੱਦਾਂ ਹੁੰਦਾ ਨਾ ਵੀ ਵੈਪਨਸ ਡਾਊਨ, ਜਦੋਂ ਮੈਂ ਤੁਹਾਡੇ ਸੈੱਟ ਤੇ ਹੈਗਾ, ਮੇਰਾ ਡਾਇਰੈਕਟਰ ਹੀ ਜੋ ਕਹੇਗਾ ਮੈਂ ਉਦਾਂ, ਡੂ ਯੂ ਸੀ ਦੈਟ ਹੰਬਲਨੈਸ ਇਨ ਹਿਮ ਕਿ ਉਹ ਸਰੈਂਡਰ ਕਰ ਦਿੰਦੇ ਆ ਆ ਕੇ ਇੱਕ ਜਗ੍ਹਾ ਤੇ? ਉਹ ਐਕਚੁਅਲੀ ਪਹਿਲਾਂ ਵੀ ਸੀਗਾ, ਮਤਲਬ ਉਹ ਪਹਿਲਾਂ, ਉਹਨਾਂ ਦਾ ਇੱਕ ਚੀਜ਼ ਰਹਿੰਦੀ ਹੈ ਹਮੇਸ਼ਾ ਕਿ ਜਦੋਂ ਤੱਕ ਉਹ ਸਬਜੈਕਟ ਫਾਈਨਲ ਨਹੀਂ ਕਰਦੇ, ਮਤਲਬ ਕਿ ਕਿਹਦੇ ਨਾਲ ਕੰਮ ਕਰਨਾ ਤੇ ਕਿਹੜੀ ਸਟੋਰੀ ਕਰਨੀ ਹੈ ਨਾ, ਉਦੋਂ ਤੱਕ ਉਹ ਬਹੁਤ, ਉਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਵੀ ਚੀਜ਼ ਹੈ, ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਕਿ ਕੀ ਰਾਈਟ ਸਬਜੈਕਟ ਚੂਜ਼ ਕਰਨਾ ਜਾਂ ਰਾਈਟ ਟੀਮ ਚੂਜ਼ ਕਰਨੀ। ਬਟ ਜੇ ਉਹਨਾਂ ਨੇ ਇੱਕ ਵਾਰੀ ਡਿਸਾਈਡ ਕਰ ਲਿਆ ਕਿ ਮੈਂ ਇਸ ਡਾਇਰੈਕਟਰ ਨਾਲ ਕੰਮ ਕਰਨਾ ਔਰ ਆਹ ਸਬਜੈਕਟ ਤੇ ਕੰਮ ਕਰਨਾ, ਫਿਰ ਉਹ 100% ਉਹਨਾਂ ਨੂੰ ਹੀ, ਮਤਲਬ ਸਰੈਂਡਰ ਕਰਦੇ, ਜੋ ਤੁਸੀਂ ਕਹੋਗੇ ਉਹ ਕਰਦੇ। ਲਾਈਕ ਸਾਡੀ ਜੱਟ ਐਂਡ ਜੂਲੀਅਟ 'ਚ ਮੈਨੂੰ ਯਾਦ ਆ ਰਿਹਾ ਕਿ ਲਾਈਕ ਇੱਕ ਕਾਮੇਡੀ ਪਿਕਚਰ ਹੈ, 1-2 ਉਸ ਤਰੀਕੇ ਦੀ ਹੈ, ਤਾਂ ਫਿਲਮ ਦੇ ਵਿੱਚ ਕਿਉਂਕਿ ਮੇਰੀਆਂ ਫਿਲਮਾਂ 'ਚ ਇਮੋਸ਼ਨਲ ਪਾਰਟ ਵੀ ਰਿਹਾ, ਸੋ ਇਸ ਫਿਲਮ ਦੇ ਵਿੱਚ ਇੱਕ ਇਮੋਸ਼ਨਲ ਐਂਗਲ ਹੈ ਫਿਲਮ ਦੇ ਵਿੱਚ, ਔਰ ਉਹ ਇੱਕ ਵੱਡਾ ਸਾਰਾ 4-5 ਮਿੰਟ ਦਾ ਸੀਨ ਹੈ, ਤਾਂ ਉਹ ਬਾਈ ਨੇ ਮੈਨੂੰ ਕਿਹਾ ਕਿ ਯਾਰ ਇਹ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ, ਅਤੇ ਮੈਂ ਕਿਹਾ ਹਾਂ ਮੈਨੂੰ ਲੱਗਦਾ ਹੈ ਕਿ ਇਹ ਵਧੀਆ ਵਰਕ ਕਰੂਗਾ, ਸੋ ਅਸੀਂ ਉਹ ਸ਼ੂਟ ਕੀਤਾ। ਬਟ ਜਦੋਂ ਮੈਂ ਸ਼ਾਮ ਨੂੰ ਜਾ ਕੇ ਫੁਟੇਜ ਦੇਖੀ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਹਜੇ ਇਸ ਚੀਜ਼ ਤੋਂ ਕਨਵਿੰਸ ਨਹੀਂ ਗਏ, ਤਾਂ ਉਹ ਸੀਨ ਉਹਨਾਂ ਬੈਟਰ ਨਿਕਲ ਕੇ ਆਇਆ ਨਹੀਂ, ਤਾਂ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਬਾਈ ਆਪਾਂ ਨਾ ਉਹ ਸੀਨ ਦੁਬਾਰਾ ਕਰ ਲਈਏ, ਤਾਂ ਉਹਨਾਂ ਨੂੰ ਵੀ ਸਮਝ ਆਈ। ਤਾਂ ਮੈਨੂੰ ਇਹ ਸੀਗਾ ਕਿ ਮੈਂ ਪੁੱਛਿਆ ਸੀਗਾ ਕਿ ਆਪਾਂ ਕਰ ਸਕਦੇ ਹਾਂ, ਤਾਂ ਉਹਨਾਂ ਨੂੰ, ਫਿਰ ਉਹਨਾਂ ਨੂੰ ਵੀ ਉਹ ਚੀਜ਼ ਕਲਿੱਕ ਹੋ ਗਈ ਕਿ ਸ਼ਾਇਦ ਮੈਂ ਕਨਵਿਕਸ਼ਨ ਨਾਲ ਨਹੀਂ ਕਰ ਰਿਹਾ, ਤਾਂ ਇਹਨਾਂ ਨੂੰ ਵਧੀਆ ਨਹੀਂ ਲੱਗ ਰਿਹਾ, ਤਾਂ ਆਪਾਂ ਰੱਖਣਾ ਤਾਂ ਆਪਾਂ ਕਨਵਿਕਸ਼ਨ ਨਾ ਕਰੀਏ। ਦੈਨ ਅਸੀਂ ਦੁਬਾਰਾ ਅਗਲੇ ਦਿਨ ਉਹ ਰੀਸ਼ੂਟ ਕੀਤਾ,
ਤੇ ਉਹ ਫਿਰ ਹੁਣ ਅਸੀਂ ਬਹੁਤ ਵਧੀਆ ਆਇਆ। ਸੋ ਉਹ ਤਾਂ ਹਮੇਸ਼ਾ ਤੋਂ ਹੀ ਉਹਨਾਂ ਦਾ ਡਾਇਰੈਕਟਰ ਨੂੰ ਸਰੈਂਡਰ ਵਾਲਾ ਪਾਰਟ ਤਾਂ ਹਮੇਸ਼ਾ ਤੋਂ ਸੀਗਾ ਬਾਈ ਚ। ਲੇਕਿਨ ਡਾਇਰੈਕਟਰ ਵੀ ਜਿੱਦਾਂ ਹੁਣ ਜਗਦੀਪ ਸਿੱਧੂ ਦੇ ਉੱਪਰ ਐਕਸਪੈਕਟੇਸ਼ਨ ਜ਼ਿਆਦਾ ਨਹੀਂ ਹੋ ਜਾਂਦੀ ਜੱਟ ਐਂਡ ਜੂਲੀਅਟ 3, ਕਿਉਂਕਿ ਉਸ 'ਚ ਦਿਲਜੀਤ ਦੋਸਾਂਝ ਹੈਗੇ ਹੈ, ਯੂ ਨੋ, ਵਿਦ ਦੈਟ ਫੇਮ ਲੈਵਲ। ਉਹ ਐਕਸਪੈਕਟੇਸ਼ਨ ਡਾਇਰੈਕਟਰ ਤੇ ਵੀ ਆ ਜਾਂਦੀ ਹੈ ਕਿ ਹੁਣ ਇੱਕ ਇਹੋ ਜਿਹੀ ਹਿੱਟ ਡਾਇਰੈਕਟਰ ਨੂੰ ਦੇਣੀ ਪਈ, ਐਕਟਰ ਤਾਂ ਐਕਟ ਕਰੇਗਾ, ਬਟ ਯੂ ਰਾਈਟ ਲਾਈਕ ਯੂ ਆਰ ਲਾਈਕ ਦ ਮੇਨ ਪਰਸਨ ਆਫ ਦ ਫਿਲਮ। ਜਦੋਂ ਕਿਸੇ ਨੇ ਜੱਟ ਐਂਡ ਜੂਲੀਅਟ ਦੇਖ ਕੇ ਨਿਕਲਣਾ ਆ, ਇੱਕ ਗੱਲ ਜੇ ਹੋਏਗੀ, ਦਿਲਜੀਤ ਦਾ ਕੰਮ ਵਧੀਆ ਤੇ ਡਾਇਰੈਕਟਰ ਦਾ ਕੰਮ, ਰਾਈਟ, ਉਹ ਹੈ। ਤੁਹਾਨੂੰ ਲੱਗਦਾ ਕਿ ਹੁਣ ਮੇਰੀਆਂ ਐਕਸਪੈਕਟੇਸ਼ਨਸ ਇਸ ਫਿਲਮ 'ਚ ਲੋਕਾਂ ਲਈ ਜ਼ਿਆਦਾ ਵੱਧ ਗਈਆਂ, ਜਾਂ ਮੇਰੇ ਖੁਦ ਕੇ ਲਈ, ਯੂ ਨੋ, ਇਟਸ ਲਾਈਕ ਸੋਲਿਡ ਹੁਣ ਹੋ ਗਿਆ, ਕਿਉਂਕਿ ਦਿਲਜੀਤ ਬਾਈ ਨੇ ਇਸ ਫਿਲਮ 'ਚ ਹੁਣ, ਲਾਈਕ ਪਹਿਲੇ ਵੀ ਸੀ, ਬਟ ਹੁਣ ਕਿਉਂਕਿ ਉਹਨਾਂ ਦਾ ਜਿਹੜਾ ਸਟੇਟਸ ਹੈ ਇਨ ਸੋਸਾਇਟੀ, ਅਰਾਊਂਡ ਦ ਵਰਲਡ, ਇੰਨਾ ਵੱਧ ਗਿਆ ਆ ਕਿ ਮੈਨੂੰ ਬੈਸਟ ਕੰਮ ਕਰਨਾ ਪੈਣਾ। ਐਕਚੁਅਲੀ ਜੇ ਕੋਈ ਹੋਰ ਫਿਲਮ ਹੁੰਦੀ ਤਾਂ ਸ਼ਾਇਦ ਮੈਨੂੰ ਇੰਨਾ ਫਰਕ ਨਹੀਂ ਪੈਂਦਾ ਜਾਂ ਇੰਨਾ ਪ੍ਰੈਸ਼ਰ ਵੀ ਫੀਲ ਨਹੀਂ ਹੁੰਦਾ ਕਿ ਦਿਲਜੀਤ ਬਾਈ ਦਾ ਹੋਣਾ ਉਹ ਬਹੁਤ ਵਧੀਆ ਗੱਲ ਹੈ, ਬਟ ਉਸ ਚੀਜ਼ ਦਾ ਪ੍ਰੈਸ਼ਰ ਨਹੀਂ ਹੈ ਉਹਨਾਂ ਨਾਲ, ਤੁਸੀਂ ਵਧੀਆ ਕੰਮ ਡਿਲੀਵਰ ਕਰ ਸਕਦੇ ਹੋ। ਬਟ ਇਹ ਫਿਲਮ ਆਲਰੇਡੀ ਅਨੁਰਾਗ ਭਾਅ ਜੀ ਹੈ ਜੋ ਸਾਡੇ ਇੰਨੇ ਸੀਨੀਅਰ ਡਾਇਰੈਕਟਰ ਹੈ ਔਰ ਉਹਨਾਂ ਦਾ ਹਮੇਸ਼ਾ ਹੀ ਵਧੀਆ ਕੰਮ ਰਿਹਾ, ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇੱਕ ਬ੍ਰਾਂਡ ਹੈ। ਸੋ ਤੁਸੀਂ ਉਸ ਸਬਜੈਕਟ ਨੂੰ ਦੁਬਾਰਾ 12 ਸਾਲਾਂ ਬਾਅਦ, ਕਿਉਂਕਿ ਸਿਨੇਮਾ ਵੀ ਚੇਂਜ ਹੋ ਜਾਂਦਾ ਤਾਂ ਉਹੀ ਚੀਜ਼ ਦਿਖਾਉਣੀ ਹੈ, ਕਿਉਂਕਿ ਸਬਜੈਕਟ ਉਹ ਹੈ ਤਾਂ ਤੁਸੀਂ ਉਤੋਂ ਵੀ ਨਹੀਂ ਭੱਜ ਸਕਦੇ, ਪਲੱਸ ਦਿਖਾਉਣਾ ਵੀ ਵਧੀਆ ਤਰੀਕੇ ਨਾਲ ਹੈ ਕਿਉਂਕਿ ਇੱਕ ਤੁਹਾਡੇ ਅੱਗੇ ਆਲਰੇਡੀ ਇੱਕ ਮਾਈਲਸਟੋਨ ਹੈ। ਸੋ ਮੈਨੂੰ ਓਨੈਸਟਲੀ ਦੱਸਾਂ ਤਾਂ ਮੈਨੂੰ ਸਿਰਫ ਇਹ ਹੈ ਕਿ ਅਨੁਰਾਗ ਸਿੰਘ ਨੂੰ ਫਿਲਮ ਪਸੰਦ ਆਉਣੀ ਚਾਹੀਦੀ ਹੈ, ਸੋ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਲੱਗੇ ਕਿ ਹਾਂ ਯਾਰ ਇਹਨੇ ਖਰਾਬ ਨਹੀਂ ਕੀਤੀ, ਬਹੁਤ ਵਧੀਆ ਫਿਲਮ ਬਣਾਈ ਹੈ। ਸੋ ਬਾਕੀ ਮੈਨੂੰ ਲੱਗਦਾ ਕਿ ਹੋਪਫੁਲੀ ਲੋਕਾਂ ਨੂੰ ਤਾਂ ਪਸੰਦ ਆ ਜੂ।